ਅਸਰ ਵੇਖਣ ਦਾ ਪੈਂਦਾ ਤੇ ਆਪਾਂ ਤੇ ਕਹਿੰਦੇ ਹਾਂ ਫੋਟੋ ਵੀ ਨਾ ਰਵੇ, ਕੰਧਾਂ ਖਾਲੀ ਤਾਂ ਹੋਣੀਆਂ ਨੀ, ਉੱਥੇ ਐਕਟਰਾਂ ਦੀਆਂ ਲਿਆ ਕੇ ਲਾ ਲੈਣਗੇ, ਫਿਲਮਾਂ ਵਾਲਿਆਂ ਦੀਆਂ ਲਾ ਲੈਣਗੇ, ਕਿਸੇ ਹੋਰ ਦੀਆਂ ਲਾ ਲੈਣਗੇ, ਆਪਣੀ ਤਾਂ ਫੋਟੋ ਕਹਿੰਦੇ ਪਰਿਵਾਰ ਦੀ ਵੱਡੀ ਕਰਕੇ ਲਾਈਏ, ਸਾਡੀ ਫੋਟੋ ਤਾਂ ਵੱਡੀ ਲੱਗੀ ਹੋਵੇ, ਪਰਿਵਾਰ ਦੀ ਵੱਡੀ ਲੱਗੀ ਹੋਵੇ, ਤੇ ਗੁਰੂ ਸਾਹਿਬ ਦੀ ਉਹ ਤੱਕ ਯਾਦ ਵਾਸਤੇ ਲਾਈ ਹੈ। ਬਾਬਾ ਬਿਧੀ ਚੰਦ ਜੀਆਂ ਨੇ ਵੀ ਛੇਵੇਂ ਪਾਤਸ਼ਾਹ ਦੀ ਫੋਟੋ ਤਸਵੀਰ ਬਣਾਈ ਸੀ, ਸੁਰ ਸਿੰਘ ਵਾਲੇ ਪਈ ਹੈ, ਤੇ ਕਲਕੱਤੇ ਦੇ ਨੇੜੇ ਇੱਕ ਮਾਤਾ ਨੇ ਸੱਦ ਲਿਆ ਸੀ ਇੱਕ ਚਿੱਤਰਕਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਕਹਿੰਦੀ ਮੈਂ ਤਾਂ ਜੀ ਫੋਟੋ ਬਣਾਉਣੀ ਹੈ। ਗੁਰੂ ਸਾਹਿਬ ਕਹਿਣ ਲੱਗੇ ਮਾਤਾ ਇਹ ਫੋਟੋਆਂ ਤਾਂ ਬਿਣਸਣ ਵਾਲੀਆਂ ਨੇ, ਸਰੀਰ ਤਾਂ ਬਿਣਸਣ ਵਾਲੇ ਨੇ, ਤੂੰ ਗੁਰਬਾਣੀ ਪੜ੍ਹਿਆ ਕਰ, ਅਸਲ ਦਰਸ਼ਨ ਤਾਂ ਗੁਰਬਾਣੀ ਵਿੱਚੋਂ ਆਪਾਂ ਕਰਨੇ, ਗੁਰੂ ਕੀ ਬਾਣੀ ਵਿੱਚੋਂ ਅਸਲ ਦਿਦਾਰ ਤਾਂ ਕਰਨੇ। ਕਹਿੰਦੇ ਤਾਂ ਬਿਣਸਣ ਵਾਲੇ ਹੈ, ਸਰੀਰ ਦੇਹਾਂ ਤਾਂ ਅੱਖ ਤੇ ਰਹਿੰਦੀਆਂ ਨੀ, ਪਰ ਮਾਤਾ ਦਾ ਇੰਨਾ ਪਿਆਰ ਹੈ, ਉਹਨੇ ਚਿੱਤਰਕਾਰ ਸੱਦ ਲਿਆ, ਸਤਿਗੁਰੂ ਬੈਠ ਗਏ ਸਾਹਮਣੇ, ਸਵੇਰ ਤੋਂ ਸ਼ਾਮਾਂ ਪੈ ਚੱਲੀਆਂ ਨੇ, ਫੋਟੋ ਤਿਆਰ ਨਹੀਂ ਹੋਈ। ਸਤਿਗੁਰੂ ਕਹਿੰਦੇ ਕੀ ਗੱਲ ਭਾਈ, ਫੋਟੋ ਨਹੀਂ ਤਿਆਰ ਕੀਤੀ? ਕਹਿਣ ਲੱਗਾ ਮਹਾਰਾਜਾ ਸਾਰਾ ਧੜ ਤਿਆਰ ਹੋ ਗਿਆ, ਜਦੋਂ ਤੁਹਾਡਾ ਚਿਹਰਾ ਬਣਾਉਣ ਲੱਗਦਾ ਨਾ, ਤੁਹਾਡੀਆਂ ਅੱਖਾਂ ਦੇ ਵੱਲ ਤੱਕਦਾ, ਬਸ ਉਦੋਂ ਮੇਰੀ ਨੀਵੀਂ ਪੈ ਜਾਂਦੀ ਹੈ, ਤੁਹਾਡੇ ਚਿਹਰੇ ਦਾ ਪ੍ਰਤਾਪ ਨਹੀਂ ਝੱਲਿਆ ਜਾਂਦਾ, ਤੁਹਾਡੇ ਅੱਖਾਂ ਦਾ ਨੂਰ ਨਹੀਂ ਝੱਲਿਆ ਜਾਂਦਾ, ਉਦੋਂ ਮੇਰੀ ਕਲਮ ਮੇਰੇ ਬੁਰਸ਼ ਇਹ ਕੰਮ ਨਹੀਂ ਕਰਦੇ, ਸਾਰਾ ਸਰੀਰ ਮੈਂ ਬਣਾ ਲਿਆ। ਅਜੇ ਵੀ ਕਹਿੰਦੇ ਕਿਤੇ ਕਿਸੇ ਮਿਊਜ਼ੀਅਮ ਦੇ ਵਿੱਚ ਕਿਤੇ ਪਈ ਹੈ ਉਹ ਤਸਵੀਰ। ਸਤਿਗੁਰੂ ਕਹਿੰਦੇ ਜੇ ਚਿਹਰਾ ਬਣਾ ਲਿਆ, ਜੇ ਅੱਖਾਂ ਨੇਤਰ ਬਣਾ ਲਏ ਗੁਰੂ ਕੇ, ਫਿਰ ਤਾਂ ਸਾਰਾ ਕੁਛ ਹੀ ਬਣ ਗਿਆ, ਇਹਨਾਂ ਨੇਤਰਾਂ 'ਚ ਹੀ ਹੈ ਮਹਾਰਾਜ ਕਹਿੰਦੇ ਸਾਰਾ ਕੁਛ। ਇਹ ਨੇਤਰ ਹੋ ਮੇਰੇ ਉਹ ਹਰ ਤੁਮ ਮੈਂ ਜੋਤ ਧਰੀ, ਇੱਥੇ ਹੀ ਹੈ ਗੁਰੂ ਕੇ ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ ਇੱਥੇ ਹੀ ਹੈ, ਤੁਹਾਡਾ ਕਹਿੰਦੇ ਪ੍ਰਤਾਪ ਨਹੀਂ ਝੱਲਿਆ ਜਾਂਦਾ ਚਿਹਰੇ, ਨੂਰ ਨਹੀਂ ਝੱਲਿਆ ਜਾਂਦਾ। ਫਿਰ ਸਤਿਗੁਰਾਂ ਨੇ ਆਪ ਬੁਰਸ਼ ਫੜ ਕੇ ਨਾ ਉਸ ਪੇਂਟਰ ਦੇ ਕੋਲੋਂ ਰਹਿੰਦੀ ਤਸਵੀਰ ਮਹਾਰਾਜ ਨੇ ਆਪ ਪੂਰੀ ਕੀਤੀ ਸੀ। ਅਸੀਂ ਤਸਵੀਰਾਂ ਦੇ ਨਾਲ ਜੁੜਨ ਵਾਸਤੇ ਨਹੀਂ ਕਹਿ ਰਹੇ, ਪਰ ਇੱਕ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਯਾਦ ਕਰਾਉਣ ਵਾਸਤੇ ਚੇਤਾ ਨਿਰਗੁਣ ਸਰਗੁਣ ਦੋਨੇ ਹੀ ਸਵੀਕਾਰ ਨੇ ਗੁਰੂ ਘਰ ਦੇ ਵਿੱਚ। ਅਕਾਲ ਪੁਰਖ ਦੇ ਵੀ ਦੋ ਰੂਪ, ਇੱਕ ਨਿਰਗੁਣ ਹੈ ਇੱਕ ਦਿਸਦਾ ਹੀ ਨਹੀਂ, ਤੇ ਇੱਕ ਸਰਗੁਣ ਹੈ ਜਿੱਥੇ ਸਰਗੁਣ ਆਖਿਆ ਹੈ, ਜਿੱਥੇ ਉਹਨੂੰ ਸਰਗੁਣ ਬਿਆਨ ਕੀਤਾ ਨਾ, ਉੱਥੇ ਵਾਹਿਗੁਰੂ ਦੀ ਸਿਫਤ ਕਰਦਿਆਂ ਹੋਇਆਂ ਉਹਦੇ ਸਰੂਪ ਬਾਰੇ ਦੱਸਦਿਆਂ ਹੋਇਆਂ ਸਤਿਗੁਰਾਂ ਨੇ ਦੱਸਿਆ ਬਾਂਕੇ ਲੋਇਨ ਦੰਦ ਰਸਾਲਾ। ਕਹਿੰਦੇ ਤੇਰੇ ਨੇਤਰ ਬਾਂਕੇ ਲੋਇਨ, ਅੱਖਾਂ ਨੂੰ ਕਹਿੰਦੇ ਬੜੇ ਸੋਹਣੇ ਨੇਤਰ ਨੇ ਵਾਹਿਗੁਰੂ ਤੇ, ਦੰਦ ਰਸਾਲਾ ਮੋਤੀਆਂ ਵਰਗੇ ਦੰਦ, ਬਾਂਕੇ ਲੋਇਨ ਦੰਦ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਬਾਲਾ। ਕਹਿੰਦੇ ਤੇਰੇ ਨੱਕ ਅਕਾਲ ਪੁਰਖ ਵਾਹਿਗੁਰੂ, ਤੇਰਾ ਨੱਕ ਬੜਾ ਸੁੰਦਰ ਹੈ, ਤੇਰੇ ਕੇਸ ਬੜੇ ਲੰਮੇ ਲੰਮੇ ਬੜੇ ਸੁੰਦਰ ਲੱਗਦੇ, ਬੜੇ ਸੋਹਣੇ ਲੱਗਦੇ ਹੈ। ਭਾਈ ਨੰਦ ਲਾਲ ਜੀ ਕਿੰਨਾ ਪਿਆਰ ਸੀ ਉਹਦਾ, ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਪਹਿਰ ਤੋਂ ਬਾਅਦ ਸੋ ਕੇਸੀ ਇਸ਼ਨਾਨ ਕਰਕੇ ਕੇਸ ਹਰੇ ਕਰ ਰਹੇ ਹੈ, ਧੁੱਪੇ ਬੈਠੇ ਸਤਿਗੁਰਾਂ ਦੇ ਕੇਸ ਧੁੱਪ ਦੇ ਨਾਲ ਏਦਾਂ ਚਮਕਾਂ ਮਾਰਦੇ ਆ। ਭਾਈ ਨੰਦ ਲਾਲ ਦਾ ਹਿਰਦਾ ਇੱਕ ਕਵੀ ਦਾ ਹਿਰਦਾ ਸੀ, ਜਦੋਂ ਕੋਲ ਆਇਆ ਵੇਖਿਆ ਉੱਥੇ ਆਪਣੀ ਗਜ਼ਲ ਰੁਬਾਈ ਫਾਰਸੀ ਦੇ ਵਿੱਚ ਉਚਾਰ ਦਿੱਤੀ, ਕੀ ਆਖਿਆ ਆ ਕੇ ਆਖਣ ਲੱਗਾ ਸੱਚੇ ਪਾਤਸ਼ਾਹ ਬਾਜਾਂ ਵਾਲਿਆ, ਹਰ ਦੀਨ ਦੁਨੀਆ ਦਰ ਬਸੰਦੇ ਆਪਰੀ ਰੁਖਸਾਰ ਮਾਂ,
ਹਰ ਦੋ ਆਲਮ ਕੀਮਤੇ ਯਾ ਕਤਾਰ ਮੂਏ ਯਾਰ ਮਾਰਾ। ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੇ ਇੱਕ ਇੱਕ ਰੋਮ ਦੀ ਇੱਕ ਇੱਕ ਵਾਲ ਦੀ ਜਿਹੜੀ ਕੀਮਤ ਹੈ ਉਹ ਦੋ ਲੋਕ ਹੈ ਦੋ ਲੋਕ। ਵੇਖੋ ਕਿਸ ਦ੍ਰਿਸ਼ਟੀ ਦੇ ਨਾਲ ਤੱਕਿਆ। ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖ ਸਾਰਮਾ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ। ਦੋ ਆਲਮ ਇੱਕ ਤਾਰ ਇੱਕ ਕੇਸ ਦੀ ਕੀਮਤ ਯਕਤਾਰ ਮੂਏ ਯਾਰ। ਆਪਣਾ ਯਾਰ ਆ ਆਪਣਾ ਦੋਸਤ ਬਿਆਨ ਕਰ ਦਿੱਤਾ ਆਪਣਾ ਪਿਆਰਾ ਕਹਿ ਦਿੱਤਾ। ਹੇ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਇੱਕ ਕੇਸ ਦੀ ਕੀਮਤ ਜਿਹੜੀ ਹੈ ਉਹ ਦੋ ਲੋਕ ਹੋ ਸਕਦੀ ਹੈ ਦੋ ਦੋ ਲੋਕ ਕੀਮਤ। ਬਸ ਵੇਖਣ ਵਾਲੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਕੋਈ ਕਿਸੇ ਦ੍ਰਿਸ਼ਟੀ ਨਾਲ ਤੱਕ ਰਿਹਾ, ਕੋਈ ਗੁਰੂ ਨਾਨਕ ਨੂੰ ਵੇਖ ਰਿਹਾ ਮਹਾਰਾਜ ਕਹਿੰਦੇ, ਕੋਈ ਮੈਨੂੰ ਵੇਖ ਰਿਹਾ, ਕੋਈ ਕਹੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਕਹੇ ਆਦਮੀ, ਨਾਨਕ ਬੇਚਾਰਾ, ਤੇ ਕੋਈ ਕਹਿ ਰਿਹਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰ ਵਰੇ। ਦੋਨਾਂ ਦੀ ਦ੍ਰਿਸ਼ਟੀ ਹੈ ਨਾ ਭਾਈ ਨੰਦ ਲਾਲ ਜੀ। ਉਹ ਤੈਨੂੰ ਵੇਖਣ ਵਾਲੀ ਅੱਖ ਨੰਦ ਲਾਲ ਦੀ ਹੋਵੇ, ਨੇਤਰ ਹੀ ਹੋਰ ਹੁੰਦੇ, ਅੱਖਾਂ ਹੀ ਹੋਰ ਹੁੰਦੀਆਂ, ਦ੍ਰਿਸ਼ਟੀ ਹੀ ਹੋਰ ਹੁੰਦੀ ਜਿਹਨਾਂ ਨਾਲ ਸਾਹਿਬ ਦਾ ਦਦਾਰ ਹੁੰਦਾ। ਆਓ ਵਿਚਾਰ ਨੂੰ ਅਸੀਂ ਨੇੜੇ ਲਿਆਈਏ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਸਰੀਰ ਆਪਣਾ ਪੰਜ ਭੌਤਿਕ ਚੋਲਾ ਤਿਆਗਿਆ ਤੇ ਉਦੋਂ ਬਾਅਦ ਇੰਨਾ ਵਿਰਾਗ ਆਇਆ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ
ਸੰਗਰ ਪਿੰਡ ਚਲੇ ਗਏ। ਮਾਤਾ ਭਰਾਈ ਜੀ ਵੀ ਲਿਖਿਆ ਆਉਂਦਾ ਹੈ ਇਤਿਹਾਸ ਵਿੱਚ, ਵਰਾਈ ਜੀ ਵੀ ਲਿਖਿਆ ਆਉਂਦਾ ਹੈ। ਮਾਤਾ ਭਰਾਈ ਜੀਆਂ ਦੇ ਘਰ ਇੱਕ ਕਮਰੇ ਦੇ ਵਿੱਚ ਜਾ ਕੇ ਬਹਿ ਗਏ। ਕਹਿੰਦੇ ਮਾਤਾ ਦੱਸੀ ਨਾ ਕਿਸੇ ਨੂੰ ਤੇਰੇ ਘਰ ਮੈਂ ਬੈਠਾ, ਦੱਸੀ ਨਾ ਕਿਸੇ ਨੂੰ, ਕਿਸੇ ਨੂੰ ਨਾ ਦੱਸੀ। ਮਾਤਾ ਤੋਂ ਵਾਅਦਾ ਲੈ ਲਿਆ। ਮਹਾਰਾਜ ਛਕੋਗੇ ਕੀ, ਮਹਾਨ ਕੋਸ਼ ਦੇ ਵਿੱਚ ਲਿਖਿਆ ਹੈ, ਛਕੋਗੇ ਕੀ, ਮਹਾਨ ਕੋਸ਼ ਵਿੱਚ ਲਿਖਿਆ, ਕਹਿੰਦੇ ਅੱਠਾਂ ਪੈਰਾਂ ਬਾਅਦ ਪਾਉ ਭਰ ਆਟੇ ਦਾ ਇੱਕ ਅਲੂਣਾ ਤੇ ਰੁੱਖਾਂ ਪ੍ਰਸ਼ਾਦਾ। ਮਹਾਰਾਜ ਛਕਦੇ ਸੀ ਇੱਕ ਪ੍ਰਸ਼ਾਦਾ ਰੁੱਖਾ ਤੇ ਅਲੂਣਾ, ਗੁਰੂ ਸਾਹਿਬ ਛਕਿਆ ਕਰਦੇ। ਉਹ ਮਾਤਾ ਭਰਾਈ ਜੀ ਪਕਾ ਕੇ ਪ੍ਰਸ਼ਾਦਾ ਦਿਆ ਕਰਦੀ। ਗੁਰੂ ਨਾਨਕ ਮਹਾਰਾਜ ਸੱਚਖੰਡ ਗਏ, ਗੁਰੂ ਨਾਨਕ ਦੀ ਜੋਤ ਬਾਬਾ ਮੜੀ, ਬਾਬਾ ਮੜੀ ਨਾ ਗੋਰ, ਗੁਰ ਅੰਗਦ ਕਹਿ ਹੀ ਹੈ। ਕਹਿੰਦੇ ਸਤਿਗੁਰੂ ਨਾ ਮੜੀ ਵਿੱਚ ਨਾ ਕਬਰ ਵਿੱਚ, ਸਤਿਗੁਰੂ ਨਾਨਕ ਕਿੱਥੇ ਹੈ? ਕਹਿੰਦੇ ਵੇਖਣਾ ਤਾਂ ਗੁਰੂ ਅੰਗਦ ਦੇਵ ਜੀਆਂ ਦੇ ਹਿਰਦੇ ਚ ਵੇਖ ਲਓ। ਬਾਬਾ ਮੜੀ ਨਾ ਗੋਰ, ਗੁਰ ਅੰਗਦ ਕਹਿ ਹੀ ਹੈ। ਫਿਰ ਇੱਕ ਦੋ ਤਿੰਨ ਚਾਰ ਨੀ, ਛੇ ਮਹੀਨੇ ਗੁਜ਼ਰ ਗਏ। ਛੇ ਮਹੀਨੇ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਵਿਆਹੇ ਵੀ ਹੋਏ ਸਨ ਉਸ ਨਗਰ ਵਿੱਚ, ਵਿਆਹੇ ਵੀ ਹੋਏ ਸਨ। ਉਹ ਮਾਤਾ ਜੀ ਨੂੰ ਭੂਆ ਜੀ ਵੀ ਕਰਕੇ ਲਿਖਿਆ ਵੀ ਭੂਆ ਵੀ ਲੱਗਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਪਹਿਲੀ ਉਦਾਸੀ ਵੇਲੇ ਉਸ ਮਾਤਾ ਦੇ ਘਰ ਆਏ ਤੇ ਮਾਤਾ ਭਰਾਈ ਜੀ ਕਹਿਣ ਲੱਗੇ, ਸਤਿਗੁਰੂ ਬਹੁਤਾ ਸਮਾਂ ਠਹਿਰੋ ਮੇਰੇ ਘਰ। ਸਤਿਗੁਰੂ ਕਹਿੰਦੇ ਹੁਣ ਸਮਾਂ ਨੀ, ਫਿਰ ਆਵਾਂਗੇ ਤੇ ਬਹੁਤਾ ਸਮਾਂ ਤੇਰੇ ਘਰ ਰੁਕਾਂਗੇ। ਫਿਰ ਕਦੋਂ ਆਓਗੇ? ਸਤਿਗੁਰੂ ਕਹਿੰਦੇ ਦੱਸਦੇ ਨਹੀਂ, ਜਦੋਂ ਆਵਾਂਗੇ ਤੈਨੂੰ ਆਪ ਹੀ ਪਤਾ ਲੱਗ ਜਾਵੇ। ਪਹਿਲੇ ਜਾਮੇ ਦਾ ਕੀਤਾ ਹੋਇਆ ਮਹਾਰਾਜ ਨੇ ਬਚਨ ਅੱਜ ਪੂਰਾ ਕੀਤਾ। ਬਹਿ ਗਏ, ਛੇ ਮਹੀਨੇ ਗੁਜ਼ਰ ਗਏ। ਸੰਗਤਾਂ ਬੜੀਆਂ ਵਿਆਕੁਲ ਹੋਈਆਂ ਵੀ ਕਰਤਾਰਪੁਰ ਬਾਬੇ ਬਕਾਲੇ ਵਾਂਗੂ ਹੋਰ ਹੀ ਨਾ ਮੰਜੀਆਂ ਡਾਹ ਕੇ ਬਹਿ ਜਾਣ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕ੍ਰੰਖ ਹੈ ਵਿਦਿਆ ਸਨਮੁਖ ਉੱਠ ਧਾਵੈ, ਭਵਰ ਲੋਭੀ ਕੁਸ਼ਮ ਬਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਆਗਾਵੈ। ਜਿਨ੍ਹਾਂ ਦੀ ਪ੍ਰੀਤ ਹੁੰਦੀ ਉਹ ਪੂਰੇ ਗੁਰੂ ਨੂੰ ਲੱਭਦੇ, ਸਤਿਗੁਰੂ। ਤੇ ਜਿਹੜਾ ਐਵੇਂ ਵੇਖੋ ਵੇਖੀ ਵਾਲਾ ਹੁੰਦਾ ਹੈ ਉਹ ਜਿਹਦੇ ਜੀ ਜਿੱਥੇ ਜੀ ਕਰਦਾ ਮਗਰ ਲੱਗ ਤੁਰਦਾ, ਤੇ ਜਿਹੜਾ ਪੂਰਾ ਮੰਨਣ ਵਾਲਾ ਹੁੰਦਾ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਕਹਿੰਦਾ ਵੀ ਜਿਹੜਾ ਮੰਨਣ ਵਾਲਾ ਉਹ ਕਿਸੇ ਦੇ ਕਹੇ ਕਹਾਏ ਕਿਸੇ ਪੰਥ ਕਿਸੇ ਮਾਰਗ ਤੇ ਨਹੀਂ ਤੁਰਦਾ, ਉਹਦਾ ਸੰਬੰਧ ਆਪਣੇ ਧਰਮ ਦੇ ਨਾਲ ਹੀ ਹੁੰਦਾ। ਸੋ ਸੰਗਤਾਂ ਬੜੀਆਂ ਵਿਆਕੁਲ ਹੋਈਆਂ, ਮਾਤਾ ਭਰਾਈ ਜੀਆਂ ਦੇ ਚਿਹਰੇ ਤੋਂ ਤਾਂ ਨਜ਼ਰ ਆਉਂਦਾ ਹੈ। ਜਿਹਦੇ ਘਰ ਹੁਣ ਕੋਈ ਛੋਟਾ ਜਿਹਾ ਅਫਸਰ ਵੀ ਆ ਕੇ ਬਹਿ ਜੇ ਤੇ ਉਹਦਾ ਹੀ ਭਾਈ ਮਾਣ ਨਹੀਂ ਝੱਲਿਆ ਜਾਂਦਾ ਹੁੰਦਾ, ਤੇ ਜਿਹਦੇ ਘਰ ਐਡਾ ਸਤਿਗੁਰੂ ਬੈਠਾ ਆ ਕੇ, ਐਡਾ ਸਤਿਗੁਰੂ ਜਾਂ ਕਾ ਮੀਤ ਸੱਜਣ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਪਾਕੀ। ਕਹਿੰਦੇ ਗੁੱਜਮ ਲੰਦਮ ਲਾਲ ਮੱਥੇ ਹੀ ਪ੍ਰਗਟ ਥੇ ਆ, ਗੁੱਜਾ ਲਾਲ ਕਿਸੇ ਕੋਲ ਪਿਆ, ਗੁੱਜੀ ਅਮੀਰੀ ਹੈ, ਪਛਾਣਨ ਵਾਲੇ ਉਹਦੇ ਮੱਥੇ ਤੋਂ ਪਛਾਣ ਲਈ, ਠੱਗੀਆਂ ਚੋਰੀਆਂ ਮੱਥੇ ਤੋਂ ਪਛਾਣ ਲਈ। ਮਾਤਾ ਜੀ ਨੂੰ ਪੁੱਛਦੇ, ਗੁਰੂ ਸਾਹਿਬਾਂ ਦਾ ਪਰਿਵਾਰ ਵੀ ਆਇਆ, ਮਾਤਾ ਖੀਵੀ ਜੀ, ਪੁੱਤਰ ਦਾਤੂ ਜੀ, ਦਾਸੂ ਜੀ, ਪੁੱਤਰੀਆਂ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ, ਗੁਰੂ ਕਾ ਪਰਿਵਾਰ ਵੀ ਆਇਆ। ਪਰ ਉਸ ਮਾਤਾ ਨੇ ਆਪਣੇ ਬਚਨ ਤੇ ਪਹਿਰਾ ਦਿੱਤਾ ਜਿਹੜਾ ਗੁਰੂ ਨਾਲ ਕੀਤਾ, ਦੱਸਿਆ ਨਹੀਂ। ਫਿਰ ਸੰਗਤ ਗਈ ਬੀੜ ਰਮਦਾਸ ਬਾਬਾ ਬੁੱਢਾ ਜੀਆਂ ਦੇ ਕੋਲ, ਬਾਬਾ ਬੁੱਢਾ ਜੀਆਂ ਦੇ ਕੋਲ। ਬਾਬਾ ਬੁੱਢਾ ਜੀਆਂ ਨੂੰ ਬਚਨ ਕੀਤਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਮੈਂ ਤੇਰੇ ਤੋਂ ਕਦੇ ਓਹਲੇ ਨਹੀਂ ਹੁੰਦਾ, ਇਹ ਬਚਨ ਕੀਤਾ ਸੀ। ਜਵਾਨੀ ਦੀ ਅਵਸਥਾ ਬਾਬਾ ਬੁੱਢਾ ਜੀਆਂ ਦੀ ਉਸ ਵੇਲੇ
ਸੰਗਤ ਗਈ ਤੇ ਜਾ ਕੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਤੁਸੀਂ ਲੱਭ ਸਕਦੇ ਹੋ ਸਤਿਗੁਰਾਂ ਨੂੰ, ਤੁਹਾਡੇ ਤੋਂ ਤਾਂ ਗੁਰੂ ਕਦੇ ਓਹਲੇ ਨਹੀਂ, ਤੁਸੀਂ ਢੂੰਡ ਸਕਦੇ ਹੋ, ਤੁਸੀਂ ਲੱਭ ਸਕਦੇ ਹੋ, ਸੰਗਤਾਂ ਬਿਆਕਲ ਹਨ, ਕਰੋ ਕਿਰਪਾ। ਤੇ ਹੁਣ ਸੰਗਤਾਂ ਦੀ ਬੇਨਤੀ ਤੇ ਬਾਬਾ ਬੁੱਢਾ ਜੀ ਦਾ ਵੀ ਚਿੱਤ ਕਰਦਾ ਸੀ ਦਰਸ਼ਨ ਕਰਨ ਨੂੰ, ਨਾਲ ਹੋ ਤੁਰੇ। ਤੇ ਜਦੋਂ ਤੁਰੇ ਮਾਤਾ ਭਰਾਈ ਜੀ ਅੱਗੋਂ ਵਾਂਢੀ ਮਿਲ ਪਏ ਰਸਤੇ ਦੇ ਵਿੱਚ, ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਮਾਤਾ ਜੀ ਤੁਹਾਡੇ ਘਰ ਗੁਰੂ ਅੰਗਦ ਦੇਵ ਮਹਾਰਾਜ ਜੀ ਨਿਵਾਸ ਕਰਦੇ ਹੈ। ਮਾਤਾ ਨੇ ਨਾ ਹਾਂ ਕਿਹਾ ਨਾ ਨਾ ਕਿਹਾ, ਵੀ ਏਡੇ ਵੱਡੇ ਮਹਾਂਪੁਰਖ ਬ੍ਰਹਮ ਗਿਆਨੀ ਇਹਨਾਂ ਨੂੰ ਮੈਂ ਨਾਮ ਹੀ ਨਹੀਂ ਕਹਿ ਸਕਦੀ ਤੇ ਹਾਂ ਨਹੀਂ ਕਹਿ ਸਕਦੀ ਗੁਰੂ ਸਾਹਿਬਾਂ ਦਾ ਬਚਨ। ਇੱਕ ਬਚਨ ਕਿਹਾ, ਮਾਤਾ ਕਹਿੰਦੀ ਸਾਰਾ ਕੁਛ ਉਹਦੀ ਰਜਾ ਵਿੱਚ, ਬਾਬਾ ਜੀ ਤੁਸੀਂ ਤਾਂ ਜਾਣਦੇ ਹੋ ਸਾਰਾ ਕੁਛ ਉਹਦੀ ਰਜਾ ਦੇ ਵਿੱਚ ਹੀ ਹੈ ਸਭ, ਤੁਸੀਂ ਰਜਾ ਵਿੱਚ ਨਾ ਦਖਲਦੇ ਹੋ। ਬਾਬਾ ਬੁੱਢਾ ਜੀ ਕਹਿੰਦੇ ਰਾਜਾ ਚ ਦਖਲ ਨਹੀਂ ਦਿੰਦੇ, ਦਰਵਾਜ਼ਾ ਖੜਕਾਉਂਦੇ ਨਹੀਂ, ਆਵਾਜ਼ ਮਾਰਦੇ ਨਹੀਂ, ਪਰ ਕੀਰਤਨ ਕਰਨਾ ਗੁਰੂ ਕੀ ਬਾਣੀ ਪੜ੍ਹਨੀ ਇਹ ਰਜਾ ਵਿੱਚ ਦਖਲ ਨਹੀਂ। ਭਾਈ ਬਲਵੰਡ ਜੀਆਂ ਨੂੰ ਨਾਲ ਲਿਆ, ਮਾਤਾ ਭਰਾਈ ਜੀਆਂ ਦੇ ਵਿਹੜੇ ਦੇ ਵਿੱਚ ਜਾ ਕੇ ਚਾਦਰ ਵਿਛਾ ਲਈ, ਦਰੀ ਵਿਛਾ ਲਈ, ਬੈਠ ਗਏ। ਜਿਹੜਾ ਸ਼ਬਦ ਪੜਿਆ ਉਹ ਇਤਿਹਾਸ ਵਿੱਚ ਲਿਖਿਆ, ਆਖਿਆ ਭਾਈ ਬਜਾ ਰਬਾਬ, ਭਾਈ ਬਲਵੰਡ ਰਬਾਬ ਬਜਾ, ਰਬਾਬ ਵੱਜਦੀ ਹੈ, ਸੰਗਤਾਂ ਕੀਰਤਨ ਕਰਦੀਆਂ, ਗੁਰੂ ਨੂੰ ਬੁਲਾਉਣਾ ਨਾ ਕੋਲ ਸਤਿਗੁਰਾਂ ਨੂੰ, ਤਾਂ ਗੁਰੂ ਕੀ ਬਾਣੀ ਗੁਰੂ ਨੂੰ ਖਿੱਚ ਕੇ ਲਿਆਉਂਦੀ ਹੈ, ਬਾਣੀ ਖਿੱਚਦੀ। ਬਾਬਾ ਲਹਿਣਾ ਜੀ ਕਰਤਾਰਪੁਰ ਗਏ, ਭਾਈ ਜੋਧ ਕੋਲੋਂ ਬਾਣੀ ਸੁਣੀ ਸੀ, ਬਾਣੀ ਕਿਹਦੀ ਬਾਣੀ, ਗੁਰੂ ਨਾਨਕ ਦੀ, ਗੁਰੂ ਨਾਨਕ ਕਿੱਥੇ ਕਰਤਾਰਪੁਰ ਪਹੁੰਚ ਗਏ। ਬਾਬਾ ਅਮਰਦਾਸ ਜੀ ਬਾਣੀ ਸੁਣੀ ਸੀ ਉਹਨਾਂ ਨੇ, ਜਦੋਂ ਨਗੋਰਾ ਕਹਿਤਾ ਕਿਸੇ ਸਾਧੂ ਨੇ, ਤੇ ਫਿਰ ਬਾਣੀ ਸੁਣੀ ਸੀ ਬੀਬੀ ਅਮਰੋ ਕੋਲੋਂ, ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਸਪੁੱਤਰੀ, ਬਾਬਾ ਅਮਰਦਾਸ ਜੀਆਂ ਦੇ ਭਰਾ ਮਾਣਕ ਚੰਦ ਜੀਆਂ ਦੇ ਸਪੁੱਤਰ ਨੂੰ ਵਿਆਹੀ ਹੋਈ ਸੀ, ਬਾਣੀ ਸੁਣੀ ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਤੱਕ ਪਹੁੰਚ ਬੈਠ ਗਏ, ਕੀਰਤਨ ਕਰਨਾ ਆਰੰਭ ਕਰ ਦਿੱਤਾ। ਕੀਰਤਨ ਦੇ ਰਾਹੀਂ, ਬਾਣੀ ਦੇ ਰਾਹੀਂ ਆਵਾਜ਼ ਮਾਰਦੇ ਸਤਿਗੁਰਾਂ ਉੱਥੇ, ਤੇ ਸ਼ਬਦ ਹੋਰ ਪੜਿਆ ਆਪਾਂ ਇੱਥੇ ਪ੍ਰੇਮ ਦੇ ਨਾਲ ਧਾਰਨਾ ਪੜ੍ਹ ਲਈਏ। ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, 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 ਮੈਂ ਆਸਾ ਕਰ ਕਰ ਜੀਵਾਂ, ਚਿਰ ਹੋ ਗਿਆ ਦਰਸ਼ਨ, ਚਿਰ ਹੋ ਆਸਾ ਕਰ ਕਰ ਜੀਵਾਂ, ਚਿਰ ਹੋ
ਕੰਨਾਂ ਤੱਕ ਕੰਨਾਂ ਤੋਂ ਹੁੰਦੀ ਹਿਰਦੇ ਚ ਪਹੁੰਚੀ। ਇਹ ਤਾਂ ਗੁਰੂ ਨਾਨਕ ਦੇ ਬੋਲ ਨੇ, ਸਤਿਗੁਰੂ ਦੇ ਬੋਲ ਹਨ। ਮਹਾਰਾਜ ਉੱਠੇ, ਦਰਵਾਜ਼ਾ ਖੋਲ ਦਿੱਤਾ। ਦਰਵਾਜ਼ਾ ਖੋਲਿਆ, ਭੱਜ ਕੇ ਸੰਗਤਾਂ, ਵਿਆਕੁਲ ਸੰਗਤਾਂ ਗੁਰੂ ਕੇ ਦਰਸ਼ਨ ਕਰਦੀਆਂ, ਚਰਨਾਂ ਤੇ ਨਮਸਕਾਰ ਕਰਦੀਆਂ ਹਨ। ਸਤਿਗੁਰੂ ਆ ਕੇ ਸਜ ਗਏ, ਜਿੱਥੇ ਸੰਗਤਾਂ ਨੇ ਵਿਛਾਉਣਾ ਕੀਤਾ ਸੀ ਬਹਿ ਗਏ। ਕਹਿਣ ਲੱਗੇ, ਬਾਬਾ ਬੁੱਢਾ ਜੀ, ਨਹੀਂ ਲੁਕਣ ਦਿੱਤਾ ਤੁਸਾਂ ਨੇ, ਨਹੀਂ ਓਹਲੇ ਹੋਣ ਦਿੱਤਾ। ਕਹਿਣ ਲੱਗੇ, ਮਹਾਰਾਜ ਸੰਗਤਾਂ ਵਿਆਕਲ ਨੇ, ਕਰੋ ਕਿਰਪਾ ਸੰਗਤਾਂ ਤੇ, ਲੋਕਾਈ ਮੁਰਦਾ ਹੋਈ ਪਈ ਹੈ, ਦਿਓ ਜੀਵਨ ਦਾਨ। ਉਦੋਂ ਬਾਅਦ ਖੰਡੂਰ ਸਾਹਿਬ ਵਸਾਇਆ। ਏਦਾਂ ਬਚਨ ਕਰਦਿਆਂ ਕਰਦਿਆਂ ਮਾਤਾ ਭਰਾਈ ਜੀ ਆਈ, ਸਤਿਗੁਰਾਂ ਨੂੰ ਨਮਸਕਾਰ ਕੀਤਾ, ਉਦੋਂ ਬਾਅਦ ਸਿਰ ਨਹੀਂ ਚੁੱਕਿਆ, ਉੱਥੇ ਹੀ ਪ੍ਰਾਣ ਤਿਆਗ ਦਿੱਤੇ। ਇੰਨਾ ਸਮਾਂ ਸਤਿਗੁਰੂ ਮੇਰੇ ਘਰ ਰਹੇ, ਹੁਣ ਮੈਂ ਸਤਿਗੁਰਾਂ ਦੇ ਘਰ ਰਹਿਣਾ। ਗੁਰੂ ਵਿੱਚ ਹੀ ਲੀਨ ਹੋਵੇ, ਸਤਿਗੁਰੂ ਦੇ ਵਿੱਚ ਹੀ ਲੀਨ ਹੋਵੇ। ਅਸੀਂ ਬੰਦਗੀ ਤੋਂ ਹੀ ਗੱਲ ਭਾਈ ਆਰੰਭ ਕੀਤੀ ਸੀ, ਬੰਦਗੀ ਨਾਮ ਸਿਮਰਨ ਤੋਂ ਹੀ ਗੱਲ ਆਰੰਭ ਕੀਤੀ ਸੀ। ਨਾਮ ਸਿਮਰਨ ਬੰਦਗੀ, ਇਹ ਤਾਂ ਮੁੱਢਲੇ ਸਿਧਾਂਤ ਹਨ ਸਤਿਗੁਰੂ ਦੇ ਘਰ ਦੇ, ਧਰਮ ਦੇ। ਕੱਲ ਨੂੰ ਆਪਾਂ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਾਂਗੇ। ਪਿਛਲੇ ਸਾਲ ਵੀ ਏਦਾਂ ਹੀ ਸਮਾਗਮ ਸ਼ਹਿਰ ਬਠਿੰਡਾ ਦੀਆਂ ਸੰਗਤਾਂ ਨੇ, ਇੱਥੋਂ ਗੁਰਦੁਆਰਾ ਸਾਹਿਬ ਦੀ ਸੰਗਤ ਸਮੂਹ ਜਥੇਬੰਦੀਆਂ ਨੇ, ਜੋ ਸਰਬੱਤ ਦਾ ਭਲਾ ਸੇਵਾਦਾਰ ਖੇੜੀ ਸਾਹਿਬ ਮੁੱਖ ਬ੍ਰਾਂਚ ਹੈ ਉਹਦੀ ਹੈੱਡ, ਤੇ ਉਹਦੀਆਂ ਇਕਾਈਆਂ ਬ੍ਰਾਂਚਾਂ ਦੀਆਂ ਬਣੀਆਂ ਹੋਈਆਂ। ਇੱਥੇ ਸਰਬੱਤ ਦਾ ਭਲਾ ਸੇਵਾ ਦਲ ਦੇ ਕਿੰਨੇ ਮੈਂਬਰ ਬਠਿੰਡਾ ਸ਼ਹਿਰ ਵਿੱਚ ਨੇ, ਉਹਨਾਂ ਸੰਗਤਾਂ ਵੱਲੋਂ ਆਪ ਸਾਰੀ ਸੰਗਤ ਨੂੰ ਨਾਲ ਲੈ ਕੇ ਉਪਰਾਲਾ ਕੀਤਾ ਜਾਂਦਾ ਸਮਾਗਮਾਂ ਦਾ। ਸੋ ਪਿਛਲੀ ਵਾਰ ਅਸੀਂ ਪਹਿਲੇ ਦਿਨ ਨਹੀਂ ਸੀ ਆਏ, ਇਹ ਵੀ ਸੰਗਤ ਦੇ ਮਨ ਵਿੱਚ ਹੋਵੇਗਾ। ਸੋ ਦੋ ਦੀਵਾਨ ਰਹਿੰਦੇ ਆ ਪੰਡਾਲਾਂ ਦੇ, ਵੱਧ ਚੜ ਕੇ ਸਾਰੇ ਇਲਾਕੇ ਦੇ ਵਿੱਚੋਂ ਸੰਗਤ ਨੇ ਹਾਜ਼ਰੀ ਭਰਨੀ ਹੈ। ਉੱਦਾਂ ਦੂਰੋਂ ਦੂਰੋਂ ਸੰਗਤ ਆਈ ਹੈ, ਹੋਰ ਨਗਰਾਂ ਵਿੱਚੋਂ ਵੀ, ਡੱਬ ਵਾਲੀ ਦੇ ਕੋਲੋਂ ਵੀ ਸੰਗਤ ਆਈ ਬੈਠੀ ਹੈ। ਕਈਆਂ ਦੇ ਚਿਹਰੇ ਸਿਆਣਦੇ ਹਾਂ ਅਸੀਂ, ਕਈਆਂ ਦਾ ਨਹੀਂ ਪਤਾ ਲੱਗਦਾ। ਖੇੜੀ ਸਾਹਿਬ ਆਈ ਸੀ ਸੰਗਤ, ਆਉਣ ਵੇਲੇ ਮਿਲੇ ਧੂਰੀ ਕੋਲ, ਇਹਨਾਂ ਦਾ ਪਿੰਡ ਮਲੇਰਕੋਟ ਦੇ ਕੋਲ, ਇਹ ਵੀ ਗੱਡੀ ਲੈ ਕੇ ਨਾਲ ਹੀ ਆ ਗਿਆ। ਸੋ ਦੂਰੋਂ ਦੂਰੋਂ ਸੰਗਤ, ਜਿਨ੍ਹਾਂ ਦਾ ਭਾਈ ਪ੍ਰੇਮ ਹੁੰਦਾ ਉਹ ਪਹੁੰਚ ਜਾਂਦੇ ਹੈ। ਇਸੇ ਤਰ੍ਹਾਂ ਦੋ ਦਿਨਾਂ ਦਾ ਸਮਾਂ ਹੈ, ਰਲ ਮਿਲ ਕੇ ਆਪਾਂ ਨੇ ਗੁਰਬਾਣੀ ਦੀਆਂ, ਗੁਰੂ ਘਰ ਦੀਆਂ, ਇਤਿਹਾਸ ਦੀਆਂ,
ਸਮੇਂ ਦੇ ਹਾਲਾਤਾਂ ਦੀਆਂ ਰਲ ਮਿਲ ਕੇ ਵਿਚਾਰਾਂ ਕਰਨੀਆਂ। 11 ਵਜੇ ਤੱਕ ਦਾ ਸਮਾਂ ਸਾਰੀ ਸੰਗਤ ਕੱਢ ਕੇ ਲਿਆਇਆ ਕਰੋ, ਕਿਉਂਕਿ ਪਹਿਲਾ ਦਿਨ ਹੁੰਦਾ ਕਈ ਵਾਰ ਇੰਨਾ ਬਹਿ ਨਹੀਂ ਸਕਦੇ, ਸੌਣ ਦਾ ਆਲਸ ਨੀਂਦਰ ਘੇਰ ਲੈਂਦੀ ਹੈ। ਉਦਾਂ ਤਾਂ ਵੇਖੀਏ ਇੱਥੇ ਹੀ ਸਮਾਂ ਆਪਾਂ ਬੰਨਿਆ ਹੁੰਦਾ ਹੈ ਵੀ ਗੁਰੂ ਘਰ ਆਨੰਦ ਕਾਰਜਾਂ ਨੂੰ 10-20 ਮਿੰਟ ਲੱਗਣ, ਆਹ ਕਾਰਜ ਹੈ ਇਹਦੇ ਵਾਸਤੇ 15 ਮਿੰਟ, ਅਤੇ ਫਿਰ ਪੈਲਸਾਂ ਵਿੱਚ ਭਾਵੇਂ 6-6 ਘੰਟੇ ਨੱਚੀ ਜਾਓ। ਵਿਆਹ ਲੰਘ ਗਿਆ, ਵਿਆਹ ਰਹਿੰਦਾ ਹੈ, ਭਾਵੇਂ ਸਾਰੀ ਸਾਰੀ ਰਾਤ ਨੱਚੀ ਜਾਓ। ਗਾਉਣ ਵਾਲੇ ਨੇ ਜਿੰਨਾ ਚਿਰ ਮਰਜ਼ੀ ਨੱਚੀ ਜਾਓ, ਉੱਥੇ ਕਿਸੇ ਦੀ ਪਰਵਾਹ ਨਹੀਂ। ਟੈਲੀਵਿਜ਼ਨਾਂ ਮੂਹਰੇ ਰਾਤਾਂ ਲੰਘ ਜਾਣ, ਉਹਨੂੰ ਮਨਾਂ ਦੀ ਖੁਰਾਕ ਬਣਾ ਲਿਆ ਆਪਾਂ, ਮਨ ਫਿਰ ਵੀ ਸੰਤੁਸ਼ਟ ਨਹੀਂ। ਆਹ ਸਤਸੰਗਤ ਨੂੰ ਆਪਣੇ ਮਨ ਦੀ ਖੁਰਾਕ ਬਣਾਈਏ। ਸਤਸੰਗਤ ਉੱਥੇ ਤਿਆਰਾਂ ਨੱਚਣ ਵਾਸਤੇ, ਧੀਆਂ ਭੈਣਾਂ ਭਰਾ ਸਭ ਨੱਚੀ ਜਾ ਰਹੇ, ਬਜ਼ੁਰਗ ਵੀ ਨੱਚੀ ਜਾ ਰਹੇ ਹੈ, ਕੁਰਸੀਆਂ ਸਮੇਤ ਹੀ ਨੱਚੀ ਜਾਂਦੇ ਹੈ। ਉੱਥੇ ਕੋਈ ਸਮੇਂ ਦੀ ਪਰਵਾਹ ਨਹੀਂ। ਤੇ ਆਹ ਸਤਸੰਗਤ ਦੇ ਵਿੱਚ ਇੱਥੇ ਆਪਾਂ ਘੜੀ ਵੇਖਣੀ ਹੈ, ਛੇਤੀ ਘੜੀ ਵੇਖਣੀ ਹੈ। ਕਈ ਉਦੋਂ ਅੱਗੇ ਵੀ ਚਲੋ ਚੱਲੀਏ, ਕਈ ਮਹਾਰਾਜ ਦਾ ਸਤਿਕਾਰ ਵੀ ਬਾਅਦ 'ਚ ਹੀ ਜਾਣਾ ਹੈ, ਪਰ ਕਹਿੰਦੇ ਬੋਲਣ ਵਾਲਿਆਂ ਵੱਲ ਐਂ ਅੱਖਾਂ ਕੱਢੀ ਜਾਣਗੀਆਂ, ਛੇਤੀ ਆਨੰਦ ਸਾਹਿਬ ਪੜ੍ਹਨ ਛੇਤੀ ਚੱਲੀਏ, ਛੇਤੀ ਕਰੋ ਸਮਾਪਤੀ। ਸੋ ਇਹ 3 ਦਿਨਾਂ ਦਾ ਭਾਈ ਸੰਗਤ ਨੇ ਉਪਰਾਲਾ ਕੀਤਾ ਹੁੰਦਾ, ਆਹ ਦਿਨ 3 ਹੁੰਦੇ ਆ, ਇਹਦੇ ਮਗਰ ਦਿਨ 30 ਲੱਗੇ ਹੁੰਦੇ, ਇਹਨਾਂ ਮਹੀਨਾ ਲੱਗਿਆ ਹੁੰਦਾ ਤਿਆਰੀ ਕਰਨ ਵਾਸਤੇ, ਤਿਆਰੀ ਕੀਤੀ ਹੁੰਦੀ ਹੈ ਸੰਗਤ ਨੇ, ਮਾਇਆ ਵੀ ਲੱਗਦੀ ਹੈ ਇਹਨਾਂ ਕਾਰਜਾਂ ਦੇ ਉੱਤੇ, ਕੰਮ ਕਾਰ ਛੱਡ ਕੇ ਹੋਰ ਵੀ ਅਨੇਕਾਂ ਪ੍ਰਕਾਰ ਦੀ ਸੇਵਾ ਕੀਤੀ ਜਾਂਦੀ ਹੈ। ਵੱਧ ਤੋਂ ਵੱਧ ਲਾਹਾ ਲਿਆ ਜਾਵੇ, ਵੱਧ ਤੋਂ ਵੱਧ ਸਮਾਂ ਸੰਗਤ ਵਿੱਚ ਲੱਗੇ, ਉਹੀ ਸਫਲਾ ਹੁੰਦਾ। ਸੰਗਤ ਜ਼ਿਆਦਾ ਲਾਹਾ ਖੱਟੇ, ਸਮਾਗਮਾਂ ਦੇ ਅਰਥ ਤਾਂ ਇਹੋ ਹੀ ਹੁੰਦੇ ਨੇ। ਪਰਸੋਂ ਨੂੰ ਸ਼ਾਮੀ 5 ਵਜੇ ਅੰਮ੍ਰਿਤ ਸੰਚਾਰ ਹੋਵੇ, ਜਿੱਥੋਂ ਵੀ ਸੰਗਤ ਆਈ ਹੈ ਉਹਨਾਂ ਨੇ ਆਪਣੇ ਨਗਰਾਂ ਦੇ ਵਿੱਚ, ਸ਼ਹਿਰ ਬਠਿੰਡੇ ਦੀ ਸੰਗਤ, ਇਲਾਕੇ ਦੀ ਸੰਗਤ, ਸਾਰੇ ਉਪਰਾਲਾ ਕਰਿਓ ਗੁਰੂ ਦੇ ਨਾਲ ਜੋੜਨ ਦਾ। ਸੰਗਤ ਇੱਥੇ ਤਾਂ ਤੁਸੀਂ ਬਹੁਤ ਸੰਗਤ ਜੁੜੀ ਬੈਠੀ ਹੈ, ਅੰਮ੍ਰਿਤਧਾਰੀ ਬੈਠੇ ਹੋ, ਹੋਰ ਉਪਰਾਲਾ ਕਰਨਾ ਜਿਹੜੇ ਗੁਰੂ ਤੋਂ ਦੂਰ ਹਨ ਉਹਨਾਂ ਨੂੰ ਪ੍ਰੇਰ ਕੇ ਗੁਰੂ ਕੇ ਜਹਾਜ਼ੇ ਚਾੜੀਏ, ਗੁਰੂ ਨਾਨਕ ਦੇ ਘਰ ਦੀਆਂ ਕਟਾਈਏ, ਟਿਕਟਾਂ ਗੁਰੂ ਕੇ ਜਹਾਜ਼ ਦੀ ਚੜੀਏ, ਮਹਾਰਾਜ ਦੇ ਜਹਾਜ਼ ਉਹਦੇ ਨਾਲ ਆਹ ਜਿਹੜਾ ਪਾਇਆ ਹੋਇਆ ਆਪਣਾ ਜੀਵਨ ਹੈ ਨਾ, ਇਹ ਸਫਲਿਆਂ ਤੇ ਪਵਿੱਤਰ ਹੋ ਜਾਵੇ, ਸਫਲਾ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ, ਮਨੋਰਥ ਸਿੱਧ ਹੋ ਜਾਵੇਗਾ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਹਨ ਲਾਲਚ, ਬਿਰਥਾ ਜਨਮ ਪਰੰਗ, ਉਹ ਬਿਰਥਾ ਨਹੀਂ ਰਹੇਗਾ। ਸਤਿਗੁਰੂ ਕਹਿੰਦੇ ਲਾਹਾ ਪੂਰਾ ਮਿਲ ਜਾਵੇ। ਸੋ ਆਓ ਇੱਥੇ ਸਮਾਪਤੀ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਸੋਝੀ ਬਖਸ਼ਿਸ਼ ਕਰਨ, ਆਪ ਸੰਗਤ ਦੀ ਸੇਵਾ ਕਰਨ ਦਾ ਬਲ ਮਿਲੇ। ਬੜਾ ਉਪਰਾਲਾ ਕੀਤਾ ਸੰਗਤਾਂ ਨੇ, ਹੋਰ ਵੀ ਸੰਗਤ ਨੇ ਵੱਧ ਚੜ ਕੇ ਲਾਹੇ ਲੈਣੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਤਾ।